ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਨਿਊਜ਼ ਟੂਡੇ ਦੇਖ ਰਹੇ ਸਾਰੇ ਹੀ ਸਰੋਤਨਾਂ ਦਾ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹੋਏ ਹਾਂ ਸ਼ਾਮ ਦੀਆਂ ਕੁਝ ਖਾਸ ਮੁੱਖ ਖਬਰਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਹਰ ਇੱਕ ਨਿੱਕੀ ਵੱਡੀ ਖਬਰ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਹੀ ਵੀਡੀਓ ਨੂੰ ਵੱਟ ਵੱੱਟ ਲਾਈਕ ਤੇ ਸ਼ੇਅਰ ਕਰ ਦਿਓ ਸੋ ਇਸ ਵੇਲੇ ਦੀ ਪਹਿਲੀ ਵੱਡੀ ਖਬਰ ਹੈ ਜੀ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਦਿੱਤਾ ਇਹ ਵੱਡਾ ਝਟਕਾ ਹੁਣ ਪੰਜਾਬ ਸਰਕਾਰ ਨੂੰ ਝਟਕਾ ਲੱਗਾ ਹੈ ਜਿੱਥੇ ਆਟਾ ਦਾਲ ਸਕੀਮ ਤੇ ਹਾਈ ਕੋਰਟ ਵੱਲੋਂ ਸੁਣਵਾਈ ਕੀਤੀ ਗਈ ਜਿੱਥੇ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਜਿੱਥੇ ਲੋਕਾਂ ਨੂੰ ਰਾਸ਼ਨ ਦਿੰਦੇ ਸਮੇਂ ਉਹਨਾਂ ਦੇ ਘਰ ਤੱਕ ਸਰਕਾਰ ਵੱਲੋਂ ਆਟਾ ਦਾਲ ਪਹੁੰਚਾਉਣ ਵਾਸਤੇ ਹੋਰ ਮਿਲਵਿ ਕੀਤੇ ਗਏ ਕੀਤੇ ਜਾਣ ਦੀ ਸਕੀਮ ਲਾਗੂ ਕੀਤੀ ਜਾ ਰਹੀ ਹੈ। ਕਾਰਨ ਬਹੁਤ ਸਾਰੇ ਡਿਪੂ ਹੋਲਟਰਾਂ ਨੂੰ ਇਸ ਕਾਰਨ ਮੁਸ਼ਕਲਾਂ ਦਰਪੇਸ਼ ਆ ਰਹੀਆਂ ਹਨ। ਉੱਥੇ ਹੀ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਸ ਫੈਸਲੇ ਨੂੰ ਲੈ ਕੇ ਸੂਬਾ ਸਰਕਾਰ ਦੇ ਡਿਪੂ ਹੋਲਡਰਾਂ ਦੀ ਬਜਾਏ ਲਾਪਾਤਰਿਆਂ ਨੂੰ ਕਣਕ ਦਾ ਆਟਾ ਵੰਡਣ ਦੇ ਅਧਿਕਾਰ ਦੇਣ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਗਈ ਹੈ ਇਸ ਬਾਬਤੋ ਜਿੱਥੇ ਇੱਕ ਪਟੀਸ਼ਨ ਐਨ ਐਫ ਐਸ ਏ ਡਿਪੂ ਹੋਲਡਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਧਾਰਿਤ ਕੀਤੀ ਗਈ ਸੀ ਜਿੱਥੇ ਇਸ ਮਾਮਲੇ ਦੀ ਸੁਨਵਾਈ ਕਰਦਿਆਂ ਹੋਇਆਂ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ ਇੱਥੇ ਕਿਹਾ ਗਿਆ ਹੈ ਕਿ ਸਰਕਾਰ ਦੀ ਹੋਮ ਡਿਲੀਵਰੀ ਸਕੀਮ ਤੋਂ ਐਸੋਸੀਏਸ਼ਨ ਦੇ ਮੈਂਬਰ ਵਾਜੂਬ ਕੀਮਤ ਤੇ ਜਿੱਥੇ ਪੰਜਾਬ ਅੰਦਰ ਦੁਕਾਨਾਂ ਚਲਾ ਰਹੇ ਹਨ ਉੱਥੇ ਹੀ ਸਰਕਾਰ ਦੀ ਇਸ ਸਕੀਮ ਤੋਂ ਦੁਖੀ ਹਨ ਅਗਲੀ ਵੱਡੀ ਖਬਰ ਹੈ ਜੀ ਮੋਬਾਈਲ ਰੱਖਣ ਵਾਲਿਆਂ ਲਈ ਆਈ ਵੱਡੀ ਚੰਗੀ ਖਬਰ ਜਨਤਾ 'ਚ ਛਾਈ ਖੁਸ਼ੀ ਹੁਣ ਮੋਬਾਈਲ ਰੱਖਣ ਵਾਲਿਆਂ ਲਈ ਆਈ ਵੱਡੀ ਚੰਗੀ ਖਬਰ ਹੈ ਜਨਤਾ 'ਚ ਛਾਈ ਖੁਸ਼ੀ ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਟੈਲੀਕਮ ਰੈਗੂਲੇਟਰੀ T R A I ਨੇ ਕੁਝ ਬਦਲਾਅ ਕੀਤੇ ਹਨ ਜਿੱਥੇ ਸਾਰੇ ਟੈਲੀਕਮ ਸਰਵਿਸ ਪ੍ਰੋਵਾਈਡਰਜ਼ ਨੂੰ ਘੱਟੋ-ਘੱਟ ਇੱਕ ਅਜਿਹਾ ਪਲਾਨ ਵਾਊਚਰ ਸਪੈਸ਼ਲ ਟੈਰਿਫ ਵਾਊਚਰ ਤੇ ਕੰਬੀਨੇਸ਼ਨ ਵਾਊਚਰ ਸਬਸਕ੍ਰਾਈਬ ਕਰਜ ਨੂੰ ਮੁਹੱਈਆ ਕਰਵਾਉਣ ਦਾ ਆਰਡਰ ਦਿੱਤਾ ਹੈ ਉੱਥੇ ਹੀ ਗਾਹਕਾਂ ਨੂੰ 30 ਦਿਨਾਂ ਜਾਂ 1 ਮਹੀਨੇ ਦੀ ਮਿਆਦ ਪੂਰੀ ਹੋਣ ਤੇ ਫਿਰ ਉਸ ਨੂੰ ਰੀਨਿਊ ਕਰਵਾਇਆ ਜਾ ਸਕਦਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੈਸਰ ਰਿਲੀਜ ਦਰਾਂਟੀ ਆਰ ਏ ਆਈ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਅਜਿਹੇ ਰੀਨਿਊਲ ਕਰਵਾਉਣ ਵਾਸਤੇ ਇੱਕ ਮਹੀਨੇ 'ਚੋ ਤਰੀਕ ਉਪਲਬਧ ਨਹੀਂ ਹੋਵੇਗੀ ਤਾਂ ਗਾਹਕ ਨੂੰ ਉਸ ਮਹੀਨੇ ਦੀ ਆਖਰੀ ਤਰੀਕ ਦਿੱਤੀ ਜਾਵੇਗੀ ਗਾਹਕਾਂ ਵਾਸਤੇ ਜਾਰੀ ਕੀਤੀ ਜਾ ਰਹੀ ਇਸ ਸੇਵਾ ਦੇ ਵਿੱਚ ਹਰੇਕ ਟੈਲੀਕਮ ਸਰਵਿਸ ਪ੍ਰੋਵਾਈਡਰ ਨੂੰ ਸਪੈਸ਼ਲ ਟੈਰਿਫ ਵਾਊਚਰ ਤੇ ਕੰਬੋ ਵਾਊਚਰ ਘਟੋ-ਘਟ ਇੱਕ ਪਲਾਨ ਵਾਊਚਰ ਉਪਲਬਧ ਇਸ ਦੇ ਵਿੱਚ ਪਲਾਨ ਦੀ ਵੈਲਿਡਿਟੀ 30 ਦਿਨਾਂ ਦੀ ਹੋਵੇਗੀ ਇਹ ਬਦਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ 28 ਦਿਨਾਂ ਦੀ ਵੈਲਿਡਿਟੀ ਦਿੱਤੇ ਜਾਣ ਨਾਲ ਬਹੁਤ ਸਾਰੇ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ ਇਸ ਲਈ ਹੀ TRAI ਨੇ 30 ਦਿਨਾਂ ਦੇ ਟੈਰਿਫ ਪਲਾਨ ਜਾਂ ਮੰਥਲੀ ਰੀਚਾਰਜ ਪਲਾਨ ਦੇ ਬਾਰੇ ਨਵੀਂ ਜਾਣਕਾਰੀ ਆਪਣੇ ਗਾਹਕਾਂ ਨੂੰ ਦਿੱਤੀ ਹੈ। ਅਗਲੀ ਵੱਡੀ ਖਬਰ ਹੈ, ਸਿੱਧੂ ਮੂਸੇਵਾਲੇ ਤੋਂ ਬਾਅਦ ਇਸ ਮਸ਼ਹੂਰ ਗਾਇਕ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ। ਹੁਣ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਸ ਮਸ਼ਹੂਰ ਪੰਜਾਬੀ ਗਾਇਕ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕੀ ਰੈਪਰ ਪੀ ਐਨ ਬੀ ਰੌਕ ਦੀਵਿ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਹ ਗਾਇਕ ਆਪਣੀ ਪ੍ਰੇਮਿਕਾ ਦੇ ਨਾਲ ਇੱਕ ਰੈਸਟੋਰੈਂਟ ਵਿੱਚ ਬੈਠਾ ਹੋਇਆ ਸੀ ਅਤੇ ਖਾਣਾ ਖਾ ਰਿਹਾ ਸੀ ਉਸ ਸਮੇਂ ਹੀ ਉਸ ਨੂੰ ਦੁਸ਼ਮਣਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਉੱਪਰ ਗੋਲੀ ਚਲਾ ਦਿੱਤੀ ਗਈ ਜਿਸ ਕਾਰਨ ਖੂਨ ਨਾਲ ਲਤਪਟ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ ਦੱਸਿਆ ਗਿਆ ਹੈ ਕਿ ਜਿੱਥੇ ਇੱਕ ਲਾਸ ਏਜਲੈਂਸ ਇੱਕ ਰੈਸਟੋਰੈਂਟ ਵਿੱਚ ਇਸ ਗਾਇਕ ਵੱਲੋਂ ਆਪਣੀ ਪ੍ਰੇਮਿਕਾ ਦੇ ਨਾਲ ਇੱਕ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਸੀ ਉਸ ਤੋਂ ਬਾਅਦ 20 ਮਿੰਟਾਂ ਦੇ ਅੰਦਰ ਹੀ ਸ਼ੂਟਰਾਂ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਸਭ ਲੋਕਾਂ ਦਾ ਕਹਿਣਾ ਹੈ ਕਿ ਪੋਸਟ ਸਾਂਝੀ ਕਰਨ ਤੋਂ ਬਾਅਦ ਹੀ ਉਸ ਦੇ ਉਸ ਜਗਤ ਤੇ ਕੋਲ ਦੀ ਜਾਣਕਾਰੀ ਸ਼ੂਟਰਾਂ ਨੂੰ ਮਿਲੀ ਹੁਣ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਜਾਂ ਸਥਾਨ ਤੋਂ ਫਰਾਰ ਹੋ